खुदावंद यीशु मसीह दे अजीम ते जलाली ते बाबरकत नाम च तुहानू मेरे लो सलाम होवे। उम्मीद करना के अज दा दिन भी तुहाडा बड़ा खूबसूरत और रूना मामूर गुजरिया होवेगा और खुदावंद दियां बरकतां दा अज भी तुसां तजर्बा कीता होवेगा। ते इसे तरह अज फिर असी यूट्यूब चैनल दे विच एक खूबसूरत गल लैके खुदा दे कलाम की आवाज़ लैके तुहाडे दरम्यान पेश हुए हैं। तो अज भी असी अगर ध्यान ना खुदा दा कलाम सुनांगे तो यकीनन बरकत मिलेगी ते असी अपनी जिंदगी दियां रावां सिद्धियां करांगे ताकि असी खुदा दे हजूर जदों पेश होइए ते खुदा दे फजल दे नाल असी खुदावंद यीशु मसीह दे लोकां च शामिल होण दे लायक ठहरीए। लूका दी अंजील चों अज हवाला लिया ते इस हवाले तो असी अपनी जिंदगी नूं वेखांगे असी कित्थे खलोते हां। खुदा दे पाक कलाम च लूका दी अंजील 16 बाब उहदे विचों असी 27 आयत तों पढ़ांगे जिहदे विच लिखिआ उसने कहा पास है बाप मैं तेरी मिन्नत करता हूँ कि तू उसे मेरे बाप के घर भेज क्योंकि मेरे 5 भाई हैं ताकि वो उनके सामने उन बातों की गवाही दे ऐसा ना हो कि वो भी इस अजाब की जगह में आए। बहुत खूबसूरत हवाला है। कोई भी ऐसा शख्स नहीं जिहड़ा इस हवाले तो ना वाकफ होवे। ਇਹ ਉਹ ਹਵਾਲਾ ਹੈ ਜਿਹਦੇ ਵਿੱਚ ਇੱਕ ਅਮੀਰ ਆਦਮੀ ਦਾ ਜ਼ਿਕਰ ਹੈ ਅਤੇ ਅਮੀਰ ਆਦਮੀ ਦੇ ਦਰਵਾਜ਼ੇ 'ਤੇ ਇੱਕ ਜ਼ਖਮਾਂ ਨਾਲ ਭਰਿਆ ਹੋਏ ਲਾਜ਼ਰ ਦਾ ਜ਼ਿਕਰ ਹੈ ਜਿਹਦੇ ਜ਼ਖਮਾਂ ਨੂੰ ਆ ਕੇ ਕੁੱਤੇ ਚੱਟਦੇ ਸਨ ਅਤੇ ਪਾਕ ਕਲਾਮ ਦੇ ਮੁਤਾਬਿਕ ਅਮੀਰ ਆਦਮੀ ਵੀ ਮਰਿਆ ਅਤੇ ਗਰੀਬ ਵੀ ਅਤੇ ਅਮੀਰ ਆਦਮੀ ने अपने आप नूं सख्त अजाब च वेख्या ते गरीब आदमी नूं फरिश्तियां ने ले जा के बाप इब्राहिम दी गोद च रख्या ते उत्थे अमीर आदमी दा हाल दा भी जिक्र है ते गरीब आदमी दा उत्थे रहना ते उत्थे इत्मनान ते सुकून पाना उहदा भी जिक्र कीता गया है। ਇਹ ਵਾਕਿਆ ਇਹ ਖੁਦਾਵੰਦ ਯਿਸੂ ਮਸੀਹ ਦੀ ਸੁਣਾਈ ਹੋਈ ਸ਼ਾਗਿਰਦਾਂ ਨੂੰ ਜਿਹੜੀ ਗੱਲ ਹੈ ਇਹ ਅੱਜ ਸਾਡੇ ਲਈ ਫਿਕਰ ਕਰਨ ਦੀ ਗੱਲ ਹੈ। ਯਾਦ ਰੱਖੀਏ ਕਿ ਦੋ ਵਕਤ ਹੈ, ਇੱਕ ਜ਼ਮੀਨ 'ਤੇ ਅਸੀਂ ਗੁਜ਼ਾਰਨੇ ਹਾਂ, ਜਿਸਮ ਦੇ ਵਿੱਚ ਗੁਜ਼ਾਰਨੇ ਹਾਂ ਅਤੇ ਅਸੀਂ ਇਸ ਦੁਨੀਆਂ 'ਤੇ ਰਹਿ ਕੇ ਗੁਜ਼ਾਰਨੇ ਹਾਂ। ਇੱਕ ਉਹ ਵਕਤ ਹੈ ਜਦੋਂ ਅਸੀਂ ਇਸ ਬਦਨ ਤੋਂ ਲੈਦਾ ਹੁੰਦੇ ਹਾਂ ਅਤੇ ਰੂਹ ਦੇ ਵਿੱਚ ਗੁਜ਼ਾਰਨੇ ਹਾਂ ਜਿਹੜਾ ਸਾਡੇ ਬਦਨੋਂ ਬਾਹਰ ਹੈ ਔਰ ਆਪਣੀ ਰੂਹ ਦੇ ਵਿੱਚ ਅਸੀਂ ਆਸਮਾਨ 'ਤੇ ਖੁਦਾ ਦੇ ਉਸ ਜਗ੍ਹਾ 'ਤੇ ਜਿੱਥੇ ਉਹ ਸਾਨੂੰ ਰੱਖਦਾ ਹੈ ਉੱਥੇ ਅਸੀਂ ਗੁਜ਼ਾਰਦੇ ਹਾਂ। ਦੋਵੇਂ ਵਕਤ ਬੜੇ ਅਹਿਮ ਹੈ। ਜਿਹੜਾ ਅਸੀਂ ਜ਼ਮੀਨ 'ਤੇ ਵਕਤ ਗੁਜ਼ਾਰਦੇ ਹਾਂ अच्छा गुजारांगे ते ओ साडी रूह नूं फरिश्ते अच्छी जगह ते लैके जांदे ते जे असी जमीन ते बुरा वक्त गुजारांगे ते असी अपने आप नूं सख्त अजाब च ही वेखांगे। हुण अमीर आदमी ने किवें अपने आप नूं सख्त अजाब च वेख्या? कलाम दसदा है कि जमीन ते रह के उन्हें अपनी दौलत दी हवस ते दौलत दे चुगिर्द ही वक्त गुजारिया। उन्हें चंगे कपड़े पाए, अपने दोस्तां दे नाल मौज मस्ती कीती, लेकिन ये सारे वक्त नूं उन्हें अपनी जात, अपनी ऐशो इशरत, अपनी इज्जत, अपने वकार दे विच गुजारिया। लेकिन इस वक्त दे विच उन्हें एक गरीब आदमी अलगौर नहीं किया जिहदा नाम लाजर है,
ਉਹ ਦਰਵਾਜ਼ੇ ਤੇ ਹੈ, ਜ਼ਖਮਾਂ ਨਾਲ ਭਰਿਆ ਹੈ, ਉਹਨੂੰ ਕੱਪੜੇ ਦੀ ਜ਼ਰੂਰਤ ਹੈ, ਉਹਨੂੰ ਰੋਟੀ ਦੀ ਜ਼ਰੂਰਤ ਹੈ, ਉਹਦੇ ਇਲਾਜ ਦੀ ਜ਼ਰੂਰਤ ਹੈ। ਉਹ ਉਹਨੂੰ ਉੱਥੇ ਪਿਆ ਵੇਖ ਕੇ ਤੇ ਲੰਘ ਜਾਂਦਾ ਸੀ। ਤੇ ਲਾਜ਼ਰ ਦੀ ਹਾਲਤ ਅਸੀਂ ਵੇਖਦੇ ਹਾਂ ਕਿ ਉਹ ਇਸ ਹਾਲਤ 'ਚ ਵੀ ਖੁਦਾ ਦਾ ਸ਼ੁਕਰਗੁਜ਼ਾਰ ਸੀ। ਇਹ ਜ਼ਿਆਦਾ ਤੇ ਤਫਸੀਲ ਨਾਲ ਜ਼ਿਕਰ ਨਹੀਂ ਕੀਤਾ ਗਿਆ, ਲੇਕਿਨ ਜਦੋਂ ਫਰਿਸ਼ਤਿਆਂ ਨੇ ਉਹਨੂੰ ਲੈ ਜਾ ਕੇ ਬਾਪ ਇਬਰਾਹਿਮ ਦੀ ਗੋਦ 'ਚ ਰੱਖਿਆ ਤੇ ਇਹਦਾ ਮਤਲਬ ਹੈ ਉਹਦਾ ਦਿਲ, ਉਹਦੀ ਜ਼ਬਾਨ ਖੁਦਾ ਦੀ ਤਾਰੀਫ ਕਰਦੀ ਸੀ ਤੇ ਖੁਦਾ ਦੀ ਮੁਹੱਬਤ ਦੇ ਵਿੱਚ ਮਗਨ ਸੀ। ਤੇ ਪਾਕ ਕਲਾਮ ਦੱਸਦਾ ਵੀ ਲਾਜ਼ਰ ਨੇ ਅਬਰਾਹਿਮ ਦੀ ਗੋਦ 'ਚ ਇਤਮਾਨ ਪਾਇਆ। ਇਬਰਾਹਿਮ ਦੀ ਗੋਦ ਕਿਹੜੀ? ਇਬਰਾਹਿਮ ਦੀ ਗੋਦ ਖੁਦਾ ਦੀ ਬਾਦਸ਼ਾਹੀ ਹੈ। ਇਬਰਾਹਿਮ ਦੀ ਗੋਦ ਖੁਦਾਵੰਦ ਯਿਸੂ ਮਸੀਹ ਦੀ ਕੁਰਬਤ ਹੈ। ਇਬਰਾਹਿਮ ਦੀ ਗੋਦ ਦਾ ਆਰਾਮ ਖੁਦਾਵੰਦ ਯਿਸੂ ਮਸੀਹ ਦੀ ਬਾਦਸ਼ਾਹੀ ਦਾ ਆਰਾਮ ਹੈ। ਤੇ ਪਾਕ ਕਲਾਮ ਸਾਨੂੰ ਦੱਸਦਾ ਹੈ ਕਿ ਇਬਰਾਹਿਮ ਦੀ ਗੋਦ ਯਾਨੀ ਖੁਦਾ ਦੀ ਬਾਦਸ਼ਾਹੀ ਦਾ ਆਰਾਮ ਉਦੋਂ ਮਿਲਦਾ ਹੈ ਕਿ ਜਦੋਂ ਅਸੀਂ ਦੁੱਖਾਂ ਦੇ ਵਿੱਚ ਵੀ, ਮੁਸੀਬਤਾਂ ਵਿੱਚ ਵੀ, ਬਿਮਾਰੀਆਂ ਵਿੱਚ ਵੀ ਕਾਲੇ ਨਾ ਪਈਏ, ਬਲਕਿ ਹਰ ਹਾਲ 'ਚ ਸਬਰ ਇਤਮਾਨ ਦੀ ਜ਼ਿੰਦਗੀ ਗੁਜ਼ਾਰੀਏ ਅਤੇ ਉਹਦਾ ਸ਼ੁਕਰ ਅਦਾ ਕਰੀਏ। ਅਜ਼ੀਜ਼ੋ, ਪਾਕ ਕਲਾਮ ਦੱਸਦਾ ਹੈ ਕਿ ਜਿਹੜੀਆਂ ਰੂਹਾਂ ਹਨ, ਇਸ ਹਵਾਲੇ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ ਵੀ ਰੂਹ ਬਦਨ ਤੋਂ ਜੁਦਾ ਹੋ ਕੇ ਖੁਦਾ ਦੇ ਕੰਟਰੋਲ 'ਚ ਚਲੀ ਜਾਂਦੀ ਹੈ, ਉਹ ਰੂਹ ਜ਼ਮੀਨ 'ਤੇ ਰਹਿਣ ਵਾਲਿਆਂ ਦਾ ਫਿਕਰ ਕਰਦੀ ਹੈ, ਆਪਣੇ ਰਿਸ਼ਤੇਦਾਰਾਂ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਖਾਨਦਾਨ ਦਾ ਫਿਕਰ ਕਰਦੀ ਹੈ। ਜਾਣ ਵਾਲੀਆਂ ਰੂਹਾਂ ਇਹ ਚਾਹੁੰਦੀਆਂ ਹਨ ਕਿ ਜਿਹੜੀਆਂ ਜ਼ਮੀਨ 'ਤੇ ਰਹਿਣ ਵਾਲੀਆਂ ਰੂਹਾਂ ਨੇ ਉਹ ਤੋਬਾ ਕਰਨ ਅਤੇ ਤੋਬਾ ਕਰਕੇ ਖੁਦਾ ਦੀ ਬਾਦਸ਼ਾਹੀ ਅਤੇ ਯਿਸੂ ਮਸੀਹ ਦੀ ਕੁਰਬਤ ਦਾ ਹਿੱਸਾ ਬਣਨ। ਅਤੇ ਹੁਣ ਗੱਲ ਇਹ ਹੈ, ਅਮੀਰ ਆਦਮੀ ਦੀ ਦਰਖਾਸਤ ਹੈ ਕਿ ਲਾਜ਼ਰ ਜਾਏ ਅਤੇ ਜਾ ਕੇ ਜ਼ਮੀਨ 'ਤੇ ਲੋਕਾਂ ਨੂੰ ਦੱਸੇ ਕਿ ਲੋਕ ਤੋਬਾ ਕਰਨ ਔਰ ਤੋਬਾ ਕਰਕੇ ਅਬਦੀ ਆਰਾਮ ਪਾਉਣ। ਅਤੇ ਇਹ ਅਮੀਰ ਆਦਮੀ ਦੀ ਖਾਹਿਸ਼ ਹੈ, ਕਿਹੜੇ ਲੋਕ? ਜਿਹੜੇ ਲੋਕ ਉਹਦੇ ਭੈਣ ਭਰਾ ਹਨ, ਉਹਦਾ ਖਾਨਦਾਨ ਹਨ, ਜਿਹੜਾ ਅਮੀਰ ਆਦਮੀ ਦੀ ਤਰ੍ਹਾਂ ਹੀ ਜ਼ਿੰਦਗੀ ਲੋਕ ਗੁਜ਼ਾਰ ਰਹੇ ਹਨ, ਉਹ ਤੋਬਾ ਕਰਨ ਅਤੇ ਉਹ ਖੁਦਾ ਯਿਸੂ ਮਸੀਹ ਦੀ ਕੁਰਬਤ ਅਤੇ ਮੁਹੱਬਤ ਅਤੇ ਉਸ ਜਗ੍ਹਾ 'ਤੇ ਹੀ ਆਉਣ ਜਿੱਥੇ ਲਾਜ਼ਰ ਹੈ। ਅਜ਼ੀਜ਼ੋ, ਅੱਜ ਸਾਡੇ ਲਈ ਲੰਮਾ ਫਿਕਰੀਆ ਹੈ ਕਿ ਜ਼ਮੀਨ 'ਤੇ ਰਹਿ ਕੇ ਆਪਣੀ ਜ਼ਾਤ ਨਾਲ ਜੁੜੇ ਨਾ ਰਹੀਏ, ਜ਼ਮੀਨ 'ਤੇ ਰਹਿ ਕੇ ਆਪਣੀ ਐਸ਼ੋ ਇਸ਼ਰਤ ਦੀ ਜ਼ਿੰਦਗੀ ਨਾ ਗੁਜ਼ਾਰਦੇ ਰਹੀਏ। ਯਾਦ ਰੱਖੀਏ ਕਿ ਜ਼ਮੀਨ 'ਤੇ ਰਹਿ ਕੇ ਅਸੀਂ ਖੁਦਾ ਦੀ ਬਾਦਸ਼ਾਹੀ ਨੂੰ ਕਾਇਮ ਕਰਦੇ ਰਹੀਏ, ਖੁਦਾ ਦੇ ਹੁਕਮਾਂ 'ਤੇ ਚੱਲੀਏ ਤੇ ਹੁਕਮਾਂ 'ਤੇ ਚੱਲ ਕੇ ਅਸੀਂ ਉਹ ਕੰਮ ਕਰੀਏ ਜਿਹੜੇ ਖੁਦਾ ਨੇ ਸਾਨੂੰ ਕਹੇ ਹੈ। ਸਾਡੇ ਲਈ ਸਭ ਤੋਂ ਵੱਡਾ ਹੁਕਮ ਇਹ ਹੈ ਕਿ ਅਸੀਂ ਖੁਦਾ ਦੀ ਬੰਦਗੀ ਕਰੀਏ, ਉਹਦੀ ਇਬਾਦਤ ਕਰੀਏ, ਉਹਦੇ ਹਜ਼ੂਰ 'ਚ ਦੁਆ ਕਰੀਏ ਅਤੇ ਉਹਦੀ ਕੁਰਬਤ ਅਤੇ ਉਹਦੀ ਮੁਹੱਬਤ ਦੇ ਵਿੱਚ ਚੱਲਦੇ ਰਹੀਏ। ਅਗਰ ਅਸੀਂ ਆਪਣੀ ਜ਼ਾਤੀ ਜ਼ਿੰਦਗੀ ਗੁਜ਼ਾਰੀ, ਆਪਣੇ ਆਪ ਦੀ ਜ਼ਿੰਦਗੀ ਗੁਜ਼ਾਰੀ ਅਤੇ ਇੰਝ ਹੀ ਰਹੇ ਅਤੇ ਸਾਡੀ ਰੂਹ ਵੀ ਸਖਤ ਅਜ਼ਾਬ 'ਚ ਹੋਏਗੀ। ਅਗਰ ਅਸਾਂ ਇੱਥੇ ਰਹਿ ਕੇ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਨਾ ਕੀਤਾ ਔਰ ਉਹਦੇ ਨਕਸ਼ੇ ਕਦਮ 'ਤੇ ਨਾ ਚੱਲੇ, ਉਹਦੇ ਹੁਕਮਾਂ 'ਤੇ ਨਾ ਚੱਲੇ, ਤਾਂ ਯਾਦ ਰੱਖੀਏ ਕਿ ਸਾਡੀ ਜਗ੍ਹਾ ਸਖਤ ਅਜ਼ਾਬ 'ਚ ਹੋਏਗੀ। ਤੇ ਖੁਦਾਵੰਦ ਯਿਸੂ ਮਸੀਹ ਤੇ ਅੱਜ ਵੀ ਫਰਮਾਉਂਦਾ ਹੈ
ਉਹ ਫਰਮਾਂਦਾ ਹੈ ਮਿਹਨਤ ਉਠਾਉਣ ਵਾਲੇ ਉਹ ਬੋਝ ਦੇ ਦੱਬੇ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਅਬਦੀ ਆਰਾਮ ਤੇ ਇਤਮਾਨ ਦਾ ਸਰਚਸ਼ਮਾ ਮਸੀਹ ਹੈ। ਅੱਜ ਮੈਂ ਤੁਹਾਨੂੰ ਖੂਬਸੂਰਤ ਗੱਲ ਤੇ ਇਹਦਾ ਅਸਲ ਮਕਸਦ ਇਹ ਦੱਸਣਾ ਚਾਹੁੰਦਾ ਹਾਂ ਤੇ ਯਾਦ ਰੱਖੀਏ ਕਿ ਜ਼ਮੀਨ ਤੇ ਰਹਿ ਕੇ ਆਪਣੇ ਆਪ ਵੱਲ ਧਿਆਨ ਕਰਕੇ ਜ਼ਿੰਦਗੀ ਨਹੀਂ ਗੁਜ਼ਾਰਨੀ, ਆਪਣੇ ਕੱਪੜੇ ਵੱਲ ਧਿਆਨ ਕਰਕੇ, ਆਪਣੇ ਦੋਸਤਾਂ ਦੇ ਨਾਲ ਵਕਤ ਗੁਜ਼ਾਰ ਕੇ ਜ਼ਿੰਦਗੀ ਨਹੀਂ ਗੁਜ਼ਾਰਨੀ। ਬਲਕਿ ਜ਼ਿੰਦਗੀ ਜੇ ਗੁਜ਼ਾਰਨੀ ਹੈ ਤੇ ਇਹ ਯਾਦ ਰੱਖਣਾ ਹੈ ਕਿ ਅਸਾਂ ਜੋ ਕੁਛ ਕਰ ਰਹੇ ਹਾਂ ਉਹਦਾ ਹਿਸਾਬ ਵੀ ਦੇਣਾ ਤੇ ਇਹਦੀ ਸਜ਼ਾ ਤੇ ਜਜ਼ਾ ਵੀ ਮਿਲਣੀ ਹੈ। ਬਾਈਬਲ ਮੁਕੱਦਸ ਜਿਹੜਾ ਖੁਦਾ ਦਾ ਕਲਾਮ ਹੈ ਇਹ ਸਾਨੂੰ ਜ਼ਿੰਦਗੀ ਬਖਸ਼ਦਾ ਹੈ, ਇਹਦੇ ਵਸੀਲੇ ਅਸਾਂ ਆਪਦੀ ਇਤਮਾਨ ਤੇ ਆਰਾਮ ਪਾਉਣਾ ਹੈ। ਕਿਤੇ ਇਹ ਨਾ ਹੋਵੇ ਕਿ ਅਸੀਂ ਇੰਜ ਦੇ ਕੰਮ ਕਰੀਏ ਤੇ ਅਸਮਾਨ ਤੇ ਜਾ ਕੇ ਅਸੀਂ ਵੇਖੀਏ ਕਿ ਅਸੀਂ ਕਿੱਥੇ ਹਾਂ। ਅਸੀਂ ਆਪਣੇ ਬਦਨ ਤੇ ਰੂਹ ਦੀ ਜੁਦਾਈ ਨੂੰ ਜਦੋਂ ਵੇਖੀਏ ਕਿ ਸਾਡੀ ਬਦਨ ਤੇ ਰੂਹ ਦੀ ਜਦੋਂ ਜੁਦਾਈ ਹੋਵੇ ਤੇ ਸਾਡੀ ਰੂਹ ਕਿੱਥੇ ਪਈ ਹੈ। ਅੱਜ ਖੁਦਾ ਦਾ ਕਲਾਮ ਤੁਹਾਨੂੰ ਦੱਸਦਾ ਹੈ ਕਿ ਤੋਬਾ ਕਰੋ, ਖੁਦਾ ਦੀ ਇਸ ਮਸੀਹ ਨੂੰ ਕਬੂਲ ਕਰੋ ਔਰ ਆਪਣੀ ਜ਼ਿੰਦਗੀ ਜਿਹੜੇ ਗੁਜ਼ਾਰ ਰਹੇ ਹੋ ਉਹਨਾਂ ਲੋਕਾਂ ਵੱਲ ਵੀ ਧਿਆਨ ਕਰੋ ਜਿਹੜੇ ਦੁਖੀ ਹਨ, ਜ਼ਖਮੀ ਹਨ, ਬਿਮਾਰ ਹਨ, ਮਦਦ ਦੇ ਤਲਬਗਾਰ ਹਨ ਔਰ ਉਹਨਾਂ ਦੀ ਮਦਦ ਕਰਕੇ ਅਸੀਂ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰੀਏ। ਤੇ ਯਾਦ ਰੱਖੋ ਜਦੋਂ ਸਾਡਾ ਬਦਨ ਤੇ ਰੂਹ ਜੁਦਾ ਹੋਏਗਾ ਤੇ ਸਾਡੀ ਰੂਹ ਨੂੰ ਸਾਡੇ ਕੰਮਾਂ ਦੇ ਵਸੀਲੇ ਹੀ ਜਗ੍ਹਾ ਮਿਲਣੀ ਹੈ ਤੇ ਇਸ ਤੋਂ ਬਾਅਦ ਅਗਰ ਯਿਸੂ ਮਸੀਹ ਦੀ ਅਦਾਲਤ ਹੋਏਗੀ ਤੇ ਉਦੋਂ ਵੀ ਸਾਨੂੰ ਸਾਡੇ ਕੰਮਾਂ ਦੇ ਮੁਤਾਬਕ ਅਜਰ ਮਿਲੇਗਾ। ਤੇ ਇਹ ਨਹੀਂ ਕਿ ਅਸੀਂ ਕੁਛ ਵੀ ਨਾ ਕਰੀਏ, ਆਪਣੇ ਲਈ ਕੁਛ ਵੀ ਨਾ ਕਮਾਈਏ ਤੇ ਅਸੀਂ ਚਾਹੀਏ ਵੀ ਅਸੀਂ ਹਮੇਸ਼ਾ ਦੀ ਜ਼ਿੰਦਗੀ 'ਚ ਜਾਈਏ, ਨਹੀਂ, ਹਰਗਿਜ਼ ਨਹੀਂ। ਇੱਥੇ ਕਮਾਉਣਾ ਪਏਗਾ, ਇੱਥੇ ਮਿਹਨਤ ਕਰਨੀ ਪਏਗੀ, ਇੱਥੇ ਆਪਣੀ ਰੋਟੀ ਗਰੀਬਾਂ ਨੂੰ ਦੇਣੀ ਪਏਗੀ, ਇੱਥੇ ਜਿਨ੍ਹਾਂ ਦੇ ਕੋਲ ਲਿਬਾਸ ਨਹੀਂ ਉਹਨਾਂ ਦੇ ਲਿਬਾਸ ਦਾ ਬੰਦੋਬਸਤ ਕਰਕੇ ਖੁਦਾ ਦੀ ਮਖਲੂਕ ਨਾਲ ਪਿਆਰ ਕਰਕੇ ਸਾਨੂੰ ਖੁਦਾਵੰਦ ਦੇ ਲੋਕ ਬਣਨਾ ਪਏਗਾ, ਫਿਰ ਅਸਮਾਨ ਤੇ ਜਗ੍ਹਾ ਮਿਲੇਗੀ। ਕਲਾਮ ਫਰਮਾਂਦਾ ਹੈ ਯਿਸੂ ਮਸੀਹ ਆਏਗਾ ਤੇ ਪੁੱਛੇਗਾ ਕਿ ਤੁਸਾਂ ਕੀ ਕੀਤਾ, ਤੁਸਾਂ ਕੀ ਕੀਤਾ ਔਰ ਤੁਹਾਡੇ ਇਮਾਲ ਦੇ ਮੁਤਾਬਿਕ ਤੁਹਾਨੂੰ ਅਜਰ ਮਿਲੇਗਾ। ਖੁਦਾ ਸਾਨੂੰ ਇਸ ਲਾਇਕ ਬਣਾਏ ਕਿ ਅਸੀਂ ਅਮੀਰ ਆਦਮੀ ਦੀ ਤਰ੍ਹਾਂ ਨਹੀਂ ਬਲਕਿ ਗਰੀਬ ਆਦਮੀ ਤੇਰਾ ਜ਼ਿੰਦਗੀ ਗੁਜ਼ਾਰੀਏ, ਆਪਣੇ ਦੁੱਖਾਂ ਤਕਲੀਫਾਂ ਦੇ ਵਿੱਚ ਜ਼ਿੰਦਾ ਖੁਦਾ ਨੂੰ ਯਾਦ ਕਰੀਏ ਅਤੇ ਭੁੱਖੇ, ਨੰਗੇ ਔਰ ਕਮਜ਼ੋਰ ਅਤੇ ਪਰੇਸ਼ਾਨ ਲੋਕਾਂ ਦਾ ਧਿਆਨ ਦਈਏ, ਇਹਦੇ ਲਈ ਆਪਣੇ ਲਈ ਅਸਮਾਨ 'ਤੇ ਕੁਛ ਜਮ੍ਹਾਂ ਕਰ ਲਈਏ ਤਾਂ ਕਿ ਇਹਦੇ ਵਸੀਲੇ ਸਾਡੀ ਰੂਹ ਅਬਦੀ ਇਤਮਾਨ ਅਤੇ ਅਬਦੀ ਜ਼ਿੰਦਗੀ ਦਾ ਹਿੱਸਾ ਬਣੇ। ਖੁਦਾ ਤੁਹਾਨੂੰ ਸਾਰਿਆਂ ਨੂੰ ਇੰਜ ਕਰਨ ਦੀ ਤੋਫੀਕ ਦੇ।